ਕੱਲ ਤੱਕ ਫਾਈਨਲ ਰਿਜ਼ਲਟ ਨਹੀਂ ਹੁੰਦਾ, ਮੈਂ ਕੋਈ ਬਾਈਟ ਨਹੀਂ ਦੇਣੀ ਨਾ ਮੈਂ ਕੋਈ ਸੈਲੀਬ੍ਰੇਟ ਕਰਨਾ ਹੈਗਾ। ਦੂਜੀ ਗੱਲ ਹੈ ਕਿ ਫਾਈਨਲ ਰਿਜ਼ਲਟ 5-10 ਮਿੰਟ 'ਚ ਆ ਜਾਣਾ, ਇਹ ਡੀ ਸਾਹਿਬ ਨਾਲ ਗੱਲ ਹੋਈ ਹੈ, ਜਦੋਂ ਆ ਜਾਊਗਾ ਐਬਸੋਲਿਊਟ ਰਿਜ਼ਲਟ ਆ ਜਾਊਗਾ 100%, ਉਦੋਂ ਮੈਂ ਗੱਲ ਕਰੂੰਗਾ ਕੋਈ, ਕਿਉਂਕਿ ਲਾਸਟ ਰਾਊਂਡ ਰਹਿੰਦਾ ਅਜੇ ਸਨੌਰ ਦਾ ਅਤੇ ਪਟਿਆਲਾ 2 ਦਾ, ਉਹਦੀ ਕਾਊਂਟਿੰਗ ਚੱਲ ਰਹੀ ਹੈ, ਅਜੇ 15,000 ਵੋਟ ਕਾਊਂਟ ਹੋਣੀ ਹੈਗੀ ਹੈ, ਦੈਨ ਜਦੋਂ ਉੱਥੇ ਅਖਬਾਰ ਆਪਣੇ ਟੀ ਵੀ 'ਤੇ ਆ ਗਿਆ ਕਿ ਸੀਟ ਕਲੀਅਰ ਹੈ, ਉਦੋਂ ਮੈਂ ਗੱਲ ਕਰੂੰਗਾ। ਇਸ ਕਰਕੇ ਅਸੀਂ ਖਾਮ ਖਾਪਾ ਜਿੰਨਾ ਮਾਰਜਨ ਦੀ ਗੱਲ ਕੀਤੀ ਸੀਟ ਕਲੀਅਰ ਵਰਗੀ ਹੈ, ਤੁਹਾਨੂੰ ਵੀ ਸ਼ੱਕ ਲੱਗਦਾ ਕੋਈ? ਨਹੀਂ, ਮੈਂ ਇਸ ਤਰ੍ਹਾਂ ਨਹੀਂ ਕਰਦਾ, ਮੈਂ ਬੜਾ ਇਸ ਇੰਡੀਆ ਲੈਵਲ 'ਤੇ ਜੀ, ਇੰਡੀਆ ਅਲਾਇੰਸ ਦੀ ਸਰਕਾਰ ਬਣ ਰਹੀ ਹੈ, ਕਿਉਂਕਿ ਅਜੇ ਬਹੁਤ ਸਾਰੀਆਂ ਧਿਰਾਂ ਉਹ ਸਾਡਾ ਆਉਣ ਨੂੰ ਤਿਆਰ ਬੈਠੀਆਂ ਹੈਗੀਆਂ, ਔਰ ਉਮੀਦ ਹੈ ਕਿ ਜਿੰਨਾ ਟੈਲੀ ਜੋ ਗੁਬਾਰਾ ਬਣਾਇਆ ਸੀਗਾ ਐਗਜ਼ਿਟ ਪੋਲ ਨੇ, ਸ਼ੇਅਰ ਮਾਰਕੀਟ ਅਤੇ ਸੱਟਾ ਬਾਜ਼ਾਰ ਨੇ, ਉਹ ਫਟ ਚੁੱਕਿਆ ਹੈਗਾ ਹੈ। ਇੰਡੀਆ ਅਲਾਇੰਸ 240-245 ਸੀਟਾਂ ਲੈ ਰਿਹਾ ਹੈਗਾ, ਬਾਕੀ ਬੀਜੂ ਜਨਤਾ ਦਲ, ਬੀ ਜੇ ਡੀ ਔਰ ਨਿਤਿਸ਼ ਕੁਮਾਰ ਨਾਲ ਗੱਲਬਾਤ ਚੱਲਦੀ ਰਹੀ ਹੈ, ਇਹ ਕਰਕੇ ਆਪਾਂ 272 ਅੰਕੜਾ ਆਰਾਮ ਨਾਲ ਪਾਰ ਕਰ ਜਾਵਾਂਗੇ। ਬਿਲਕੁਲ ਕੱਟੇ ਗਏ ਨੇ, ਕਿੱਥੇ ਗਈ 400, ਕਿੱਥੇ ਗਈ 350, ਕਿੱਥੇ ਗਈ 300, ਇੰਡੀਆ ਅਲਾਇੰਸ ਦੀ 300 ਵਾਰੀ ਮਰ ਕੇ ਮੋਦੀ ਗਿਆ, ਮੋਦੀ ਨਹੀਂ ਰਹਿਣ ਜਾ ਰਿਹਾ ਹੈਗਾ। ਡਾਕਟਰ ਸਾਹਿਬ ਇੱਕ ਪਾਸੇ ਮਹਿਲਾ ਵਾਲੇ ਹਰਾਏ ਨੇ, ਹੁਣ ਕਿੱਦਾਂ ਦੇਖਦੇ ਹੋ ਵੀ ਹਮੇ 15-8 ਦੀ ਲੀਡ ਤੋਂ ਬਾਅਦ ਹੁਣ ਕੀ ਕਹਿਣਾ ਉਹਨਾਂ? ਦੇਖੋ ਮੈਂ ਤੁਹਾਨੂੰ ਫੇਰ ਕਹਿੰਦਾ ਕਿ ਮੈਂ ਤੁਹਾਨੂੰ ਸਾਰੀ ਬਾਈਟ ਕੰਪਲੀਟ ਬਾਈਟ ਦਊਂਗਾ, ਜੋ ਮਰਜ਼ੀ ਪੁੱਛੋ, ਮੈਨੂੰ ਇੱਕ ਵਾਰ ਅਫੀਸ਼ਲੀ ਰਿਜ਼ਲਟ ਡਿਕਲੇਅਰ ਹੋ ਲੈਂਦੇ, ਉਸ ਤੋਂ ਬਗੈਰਾ ਇਹ ਬਿਲਕੁਲ ਜਾਇਜ਼ ਨਹੀਂ ਹੈਗਾ। ਪਰ ਜਿੰਨੀ ਕਿ ਲੀਡ ਦੇਖਦੇ ਹੋ ਉਨੀ ਲੀਡ ਤਾਂ ਜਾਇਜ਼ ਦੇਖਦੇ? ਨਹੀਂ, ਜਾਇਜ਼ ਹੈਗੀ ਹੈ, ਫਿਰ ਵੀ ਅਜੇ ਕੁਛ ਵੋਟਾਂ ਕੱਲ੍ਹ ਤੱਕ ਫਾਈਨਲ ਰਿਜ਼ਲਟ ਨਹੀਂ ਹੁੰਦਾ, ਮੈਂ ਕੋਈ ਬਾਈਟ ਨਹੀਂ ਦੇਣੀ ਨਾ ਮੈਂ ਕੋਈ ਸੈਲੀਬ੍ਰੇਟ ਕਰਨਾ ਹੈਗਾ। ਦੂਜੀ ਗੱਲ ਹੈ ਕਿ ਫਾਈਨਲ ਰਿਜ਼ਲਟ 5-10 ਮਿੰਟ 'ਚ ਆ ਜਾਣਾ, ਇਹ ਡੀ ਸਾਹਿਬ ਨਾਲ ਗੱਲ ਹੋਈ ਹੈ, ਜਦੋਂ ਆ ਜਾਊਗਾ ਐਬਸੋਲਿਊਟ ਰਿਜ਼ਲਟ ਆ ਜਾਊਗਾ 100%, ਉਦੋਂ ਮੈਂ ਗੱਲ ਕਰੂੰਗਾ ਕੋਈ, ਕਿਉਂਕਿ ਲਾਸਟ ਰਾਊਂਡ ਰਹਿੰਦਾ ਅਜੇ ਸਨੌਰ ਦਾ ਅਤੇ ਪਟਿਆਲਾ 2 ਦਾ, ਉਹਦੀ ਕਾਊਂਟਿੰਗ ਚੱਲ ਰਹੀ ਹੈ, ਅਜੇ 15,000 ਵੋਟ ਕਾਊਂਟ ਹੋਣੀ ਹੈਗੀ ਹੈ, ਦੈਨ ਜਦੋਂ ਉੱਥੇ ਅਖਬਾਰ ਆਪਣੇ ਟੀ ਵੀ 'ਤੇ ਆ ਗਿਆ ਕਿ ਸੀਟ ਕਲੀਅਰ ਹੈ, ਉਦੋਂ ਮੈਂ ਗੱਲ ਕਰੂੰਗਾ। ਇਸ ਕਰਕੇ ਅਸੀਂ ਖਾਮ ਖਾਪਾ ਡਾਕਟਰ ਸਾਹਿਬ ਜਿੰਨਾ ਮਾਰਜਨ ਦੀ ਗੱਲ ਕੀਤੀ ਸੀਟ ਕਲੀਅਰ ਵਰਗੀ ਹੈ, ਤੁਹਾਨੂੰ ਵੀ ਸ਼ੱਕ ਲੱਗਦਾ ਕੋਈ? ਨਹੀਂ, ਮੈਂ ਇਸ ਤਰ੍ਹਾਂ ਨਹੀਂ ਕਰਦਾ, ਮੈਂ ਬੜਾ ਇਸ ਇੰਡੀਆ ਲੈਵਲ 'ਤੇ ਜੀ, ਇੰਡੀਆ ਅਲਾਇੰਸ ਦੀ ਸਰਕਾਰ ਬਣ ਰਹੀ ਹੈ, ਕਿਉਂਕਿ ਅਜੇ ਬਹੁਤ ਸਾਰੀਆਂ ਧਿਰਾਂ ਉਹ ਸਾਡਾ ਆਉਣ ਨੂੰ ਤਿਆਰ ਬੈਠੀਆਂ ਹੈਗੀਆਂ, ਔਰ ਉਮੀਦ ਹੈ ਕਿ ਜਿੰਨਾ ਟੈਲੀ ਜੋ ਗੁਬਾਰਾ ਬਣਾਇਆ ਸੀਗਾ ਐਗਜ਼ਿਟ ਪੋਲ ਨੇ, ਸ਼ੇਅਰ ਮਾਰਕੀਟ ਅਤੇ ਸੱਟਾ ਬਾਜ਼ਾਰ ਨੇ, ਉਹ ਫਟ ਚੁੱਕਿਆ ਹੈਗਾ ਹੈ। ਇੰਡੀਆ ਅਲਾਇੰਸ 240-245 ਸੀਟਾਂ ਲੈ ਰਿਹਾ ਹੈਗਾ, ਬਾਕੀ ਬੀਜੂ ਜਨਤਾ ਦਲ, ਬੀ ਜੇ ਡੀ ਔਰ ਨਿਤਿਸ਼ ਕੁਮਾਰ ਨਾਲ ਗੱਲਬਾਤ ਚੱਲਦੀ ਰਹੀ ਹੈ, ਇਹ ਕਰਕੇ ਆਪਾਂ 272 ਅੰਕੜਾ ਆਰਾਮ ਨਾਲ ਪਾਰ ਕਰ ਜਾਵਾਂਗੇ। ਬਿਲਕੁਲ ਕੱਟੇ ਗਏ ਨੇ, ਕਿੱਥੇ ਗਈ 400, ਕਿੱਥੇ ਗਈ 350, ਕਿੱਥੇ ਗਈ 300, ਇੰਡੀਆ ਅਲਾਇੰਸ ਦੀ 300 ਵਾਰੀ ਮਰ ਕੇ ਮੋਦੀ ਗਿਆ, ਮੋਦੀ ਨਹੀਂ ਰਹਿਣ ਜਾ ਰਿਹਾ ਹੈਗਾ। ਡਾਕਟਰ ਸਾਹਿਬ ਇੱਕ ਪਾਸੇ ਮਹਿਲਾ ਵਾਲੇ ਹਰਾਏ ਨੇ, ਹੁਣ ਕਿੱਦਾਂ ਦੇਖਦੇ ਹੋ ਵੀ ਹਮੇ 15-8 ਦੀ ਲੀਡ ਤੋਂ ਬਾਅਦ ਹੁਣ ਕੀ ਕਹਿਣਾ ਉਹਨਾਂ? ਦੇਖੋ ਮੈਂ ਤੁਹਾਨੂੰ ਫੇਰ ਕਹਿੰਦਾ ਕਿ ਮੈਂ ਤੁਹਾਨੂੰ ਸਾਰੀ ਬਾਈਟ ਕੰਪਲੀਟ ਬਾਈਟ ਦਊਂਗਾ, ਜੋ ਮਰਜ਼ੀ ਪੁੱਛੋ, ਮੈਨੂੰ ਇੱਕ ਵਾਰ ਅਫੀਸ਼ਲੀ ਰਿਜ਼ਲਟ ਡਿਕਲੇਅਰ ਹੋ ਲੈਂਦੇ, ਉਸ ਤੋਂ ਬਗੈਰਾ ਇਹ ਬਿਲਕੁਲ ਜਾਇਜ਼ ਨਹੀਂ ਹੈਗਾ। ਪਰ ਜਿੰਨੀ ਕਿ ਲੀਡ ਦੇਖਦੇ ਹੋ ਉਨੀ ਲੀਡ ਤਾਂ ਜਾਇਜ਼ ਦੇਖਦੇ? ਨਹੀਂ, ਜਾਇਜ਼ ਹੈਗੀ ਹੈ, ਫਿਰ ਵੀ ਅਜੇ ਕੁਛ ਵੋਟਾਂ ਕੱਲ੍ਹ ਤੱਕ ਫਾਈਨਲ ਰਿਜ਼ਲਟ ਨਹੀਂ ਹੁੰਦਾ, ਮੈਂ ਕੋਈ ਬਾਈਟ ਨਹੀਂ ਦੇਣੀ ਨਾ ਮੈਂ ਕੋਈ ਸੈਲੀਬ੍ਰੇਟ ਕਰਨਾ ਹੈਗਾ। ਦੂਜੀ ਗੱਲ ਹੈ ਕਿ ਫਾਈਨਲ ਰਿਜ਼ਲਟ 5-10 ਮਿੰਟ 'ਚ ਆ ਜਾਣਾ, ਇਹ ਡੀ ਸਾਹਿਬ ਨਾਲ ਗੱਲ ਹੋਈ ਹੈ, ਜਦੋਂ ਆ ਜਾਊਗਾ ਐਬਸੋਲਿਊਟ ਰਿਜ਼ਲਟ ਆ ਜਾਊਗਾ 100%, ਉਦੋਂ ਮੈਂ ਗੱਲ ਕਰੂੰਗਾ ਕੋਈ, ਕਿਉਂਕਿ ਲਾਸਟ ਰਾਊਂਡ ਰਹਿੰਦਾ ਅਜੇ ਸਨੌਰ ਦਾ ਅਤੇ ਪਟਿਆਲਾ 2 ਦਾ, ਉਹਦੀ ਕਾਊਂਟਿੰਗ ਚੱਲ ਰਹੀ ਹੈ, ਅਜੇ 15,000 ਵੋਟ ਕਾਊਂਟ ਹੋਣੀ ਹੈਗੀ ਹੈ, ਦੈਨ ਜਦੋਂ ਉੱਥੇ ਅਖਬਾਰ ਆਪਣੇ ਟੀ ਵੀ 'ਤੇ ਆ ਗਿਆ ਕਿ ਸੀਟ ਕਲੀਅਰ ਹੈ, ਉਦੋਂ ਮੈਂ ਗੱਲ ਕਰੂੰਗਾ। ਇਸ ਕਰਕੇ ਅਸੀਂ ਖਾਮ ਖਾਪਾ ਡਾਕਟਰ ਸਾਹਿਬ ਜਿੰਨਾ ਮਾਰਜਨ ਦੀ ਗੱਲ ਕੀਤੀ ਸੀਟ ਕਲੀਅਰ ਵਰਗੀ ਹੈ, ਤੁਹਾਨੂੰ ਵੀ ਸ਼ੱਕ ਲੱਗਦਾ ਕੋਈ? ਨਹੀਂ, ਮੈਂ ਇਸ ਤਰ੍ਹਾਂ ਨਹੀਂ ਕਰਦਾ, ਮੈਂ ਬੜਾ ਇਸ ਇੰਡੀਆ ਲੈਵਲ 'ਤੇ ਜੀ, ਇੰਡੀਆ ਅਲਾਇੰਸ ਦੀ ਸਰਕਾਰ ਬਣ ਰਹੀ ਹੈ, ਕਿਉਂਕਿ ਅਜੇ ਬਹੁਤ ਸਾਰੀਆਂ ਧਿਰਾਂ ਉਹ ਸਾਡਾ ਆਉਣ ਨੂੰ ਤਿਆਰ ਬੈਠੀਆਂ ਹੈਗੀਆਂ, ਔਰ ਉਮੀਦ ਹੈ ਕਿ ਜਿੰਨਾ ਟੈਲੀ ਜੋ ਗੁਬਾਰਾ ਬਣਾਇਆ ਸੀਗਾ ਐਗਜ਼ਿਟ ਪੋਲ ਨੇ, ਸ਼ੇਅਰ ਮਾਰਕੀਟ ਅਤੇ ਸੱਟਾ ਬਾਜ਼ਾਰ ਨੇ, ਉਹ ਫਟ ਚੁੱਕਿਆ ਹੈਗਾ ਹੈ। ਇੰਡੀਆ ਅਲਾਇੰਸ 240-245 ਸੀਟਾਂ ਲੈ ਰਿਹਾ ਹੈਗਾ, ਬਾਕੀ ਬੀਜੂ ਜਨਤਾ ਦਲ, ਬੀ ਜੇ ਡੀ
ਔਰ ਨਿਤਿਸ਼ ਕੁਮਾਰ ਨਾਲ ਗੱਲਬਾਤ ਚੱਲਦੀ ਰਹੀ ਹੈ। ਇਹ ਕਰਕੇ ਆਪਾਂ 272 ਅੰਕੜਾ ਆਰਾਮ ਨਾਲ ਪਾਰ ਕਰ ਜਾਂਗੇ। ਬਿਲਕੁਲ ਕੱਟੇ ਗਏ ਨੇ, ਕਿੱਥੇ ਕੀ 400, ਕਿੱਥੇ ਕੀ 350, ਕਿੱਥੇ ਕੀ 300। ਇੰਡੀਆ ਲਾਇੰਸ ਦੀ 300 ਵਾਰੀ ਮਰ ਕੇ ਮੋਦੀ ਗਿਆ, ਮੋਦੀ ਨਹੀਂ ਰਹਿਣ ਜਾ ਰਿਹਾ ਹੈਗਾ। ਡਾਕਟਰ ਸਾਹਿਬ ਇੱਕ ਪਾਸੇ ਮਹਿਲਾਂ ਵਾਲੇ ਹਰਾਏ ਨੇ, ਹੁਣ ਕਿੱਦਾਂ ਦੇਖਦੇ ਹੋ ਵੀ ਹਵੇ 15 ਦੀ ਲੀਡ ਤੋਂ ਬਾਅਦ ਹੁਣ ਕੀ ਕਹਿਣਾ? ਦੇਖੋ ਮੈਂ ਤੁਹਾਨੂੰ ਫੇਰ ਕਹਿੰਦਾ ਕਿ ਮੈਂ ਤੁਹਾਨੂੰ ਸਾਰੀ ਬਾਈਟ ਕੰਪਲੀਟ ਬਾਈਟ ਦਊਂਗਾ, ਜੋ ਮਰਜ਼ੀ ਪੁੱਛੋ ਮੈਨੂੰ, ਇੱਕ ਵਾਰ ਅਫੀਸ਼ਲੀ ਰਿਜ਼ਲਟ ਡਿਕਲੇਅਰ ਹੋ ਲੈਂਦੇ ਹੋ, ਉਸ ਤੋਂ ਬਗੈਰਾ ਇਹ ਬਿਲਕੁਲ ਜਾਇਜ਼ ਨਹੀਂ ਹੈਗਾ। ਜਿੰਨੀ ਕਿ ਲੀਡ ਦੇਖਦੇ ਹੋ ਉਨੀ ਲੀਡ ਤਾਂ ਜਾਇਜ਼ ਦੇਖਦੇ? ਨਹੀਂ ਜਾਇਜ਼ ਹੈਗੀ ਹੈ, ਫਿਰ ਵੀ ਅਜੇ ਕੁਛ ਵੋਟਾਂ